वाहेगुरु जी का खालसा वाहेगुरु जी की फतेह। अपनी अज दी वीडियो उन्हां दे लई लिया जो 11 बजे तो बाद सुनदे ने, भाव कि कई मेरे वीर ते भैणां 11 बजे 12 बजे 1-1 बजे तक जागदे ने। कारण चाहे कोई भी होवे, चाहे कोई काम दे रजीवियां करके लेट सौंदा है, चाहे कोई अपने घर परिवार दीआं परेशानियां चिंतावां करके लेट सौंदा है, क्योंकि कईआं नूं चिंता परेशानी दे विच नींद नहीं आउंदी, सारी रात पासे वटदे रहिंदे ने, अते कईआं नूं शरीरक दुख रोग दे कारण करके भी नींद नहीं आउंदी, उह सारी रात जागदे रहिंदे ने, अते अमृत वेले जाके नींद आ जांदी आ। तां जो भी लेट सौंदे ने उह अक्सर इह सवाल करदे ने कि साडे कोलों लेट सौण करके अमृत वेले नहीं उठाया जांदा। तां अज दी वीडियो दे विच लेट सौण वालियां दे लई महापुरखां वल्लों दसी हुई एक जुगती आ, जेकर आपां इस जुगती नूं अपना लैने आ, इह इक कम कर लैने आ, तां साडी जिंदगी दिनां दे विच बदल जावेगी, जिंदगी की साडे भाग साडे लेख बदल जाणगे। तां उह किहड़ा कम आ? ਤਾਂ ਦੇਖੋ ਜੀ, ਜੋ ਵੀ ਲੇਟ ਸੌਂਦੇ ਨੇ, ਜੋ ਵੀ 11 ਵਜੇ ਤੋਂ ਬਾਅਦ ਸੌਂਦੇ ਨੇ, ਉਹਨਾਂ ਨੂੰ 12 ਵਜਦਿਆਂ ਸਾਰ ਹੀ ਗੁਰਬਾਣੀ ਦਾ ਕੋਈ ਵੀ ਪਾਠ ਕਰਕੇ ਸੌਣਾ ਹੈ। ਚਾਹੇ ਮੂਲ ਮੰਤਰ ਜੀ ਦਾ ਜਾਪ, ਚਾਹੇ ਜਪਜੀ ਸਾਹਿਬ ਜੀ ਦਾ ਪਾਠ, ਜੋ ਵੀ ਗੁਰਬਾਣੀ ਦਾ ਪਾਠ ਤੁਹਾਨੂੰ ਸਰਲ ਲੱਗਦਾ ਹੋਵੇ, ਕੰਠ ਹੋਵੇ, ਉਹੀ ਜਾਪ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾ ਕੇ ਫਿਰ ਸੌਣਾ ਹੈ, ਕਿਉਂਕਿ 12 ਵਜੇ ਤੋਂ ਬਾਅਦ ਦਾ ਜੋ ਸਮਾਂ ਹੁੰਦਾ ਹੈ ਉਹ ਅੰਮ੍ਰਿਤ ਵੇਲਾ ਹੀ ਮੰਨਿਆ ਜਾਂਦਾ ਹੈ। ਸਾਡੇ ਜਿੰਨੇ ਵੀ ਸੰਤ ਮਹਾਂਪੁਰਖ ਹੋਏ ਨੇ ਉਹਨਾਂ ਦਾ ਨਿਤਨੇਮ 12 ਤੋਂ 7 ਦਾ ਰਿਹਾ ਹੈ, ਤੇ ਬਾਬਾ ਆਨੰਦ ਸਿੰਘ ਜੀ ਵੀ 12 ਵਜੇ ਇਸ਼ਨਾਨ ਕਰਕੇ ਨਿਤਨੇਮ ਕਰਦੇ ਸਨ, ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਂਦੇ ਸਨ। ਤਾਂ ਇਹ 12 ਵਜੇ ਦਾ ਸਮਾਂ ਤਾਂ ਬੜੇ ਹੀ ਕਰਮਾਂ ਭਾਗਾਂ ਵਾਲਿਆਂ ਨੂੰ ਮਿਲਦਾ ਹੈ। ਤਾਂ ਜੇਕਰ ਤੁਸੀਂ 12 ਵਜੇ ਤੱਕ ਜਾਗਦੇ ਰਹਿੰਦੇ ਆ, ਤਾਂ ਫਿਰ 12 ਵਜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾ ਕੇ ਸੌਣੀ ਆ, ਤਾਂ ਦੇਖਣਾ ਆਪਣੇ ਸਮੇਂ ਦੀ ਸੈਟਿੰਗ, ਸਾਡੀਆਂ ਚਿੰਤਾਵਾਂ ਪਰੇਸ਼ਾਨੀਆਂ ਦੁੱਖ ਰੋਗ ਉਹਨਾਂ ਦੀ ਫਿਕਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹੋਵੇਗੀ, ਤੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਅੰਮ੍ਰਿਤ ਵੇਲਾ ਵੀ ਸਾਡੀ ਝੋਲੀ ਦੇ ਵਿੱਚ ਪੈ ਸਕਦਾ ਹੈ। ਤਾਂ ਜਿਸ ਨੂੰ ਵੀ ਅੰਮ੍ਰਿਤ ਵੇਲੇ ਦੀ ਦਾਤ ਮਿਲ ਜਾਂਦੀ ਆ, ਉਸ ਦੀ ਝੋਲੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਖੁਸ਼ੀਆਂ ਅਤੇ ਬਰਕਤਾਂ ਆਪ ਪਾਉਂਦੇ ਨੇ। ਤਾਂ ਜੋ ਵੀ ਰਾਤ ਨੂੰ ਲੇਟ ਸੌਂਦੇ ਨੇ ਉਹਨਾਂ ਨੇ 12 ਵਜਦਿਆਂ ਸਾਰ ਹੀ ਮੂਲ ਮੰਤਰ ਜੀ ਦਾ ਜਾਪ, ਵਾਹਿਗੁਰੂ ਜੀ ਦਾ ਸਿਮਰਨ, ਜਪਜੀ ਸਾਹਿਬ ਜੀ ਦਾ ਪਾਠ ਜਾਂ ਕਿਸੇ ਵੀ ਬਾਣੀ ਦਾ ਪਾਠ ਕਰਕੇ ਸੌਣਾ ਹੈ, ਕਿਉਂਕਿ ਜਿੱਥੇ ਆਪਾਂ 12 ਵਜੇ ਤੱਕ ਜਾਗਦੇ ਰਹੇ ਉੱਥੇ 5-10 ਮਿੰਟ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਹ 5-10 ਮਿੰਟ ਦੀ ਹਾਜ਼ਰੀ ਸਾਡਾ ਜੀਵਨ ਸਵਾਰ ਸਕਦੀ ਹੈ।